ਅਕਾਲੀ ਦਲ ਔਰ ਬਸਪਾ ਦਾ ਜਿਹੜਾ ਅਲਾਈਅੰਸ ਹੋਇਆ ਉਹ ਤੋਂ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਬਹੁਤ ਬਖਲਾਹਟ ਦੇ ਵਿੱਚ ਆ। ਕੋਈ ਤਾਂ ਇਹ ਕਹਿ ਰਿਹਾ ਵਾ ਵੀ ਇਹ ਜਿਹੜੀਆਂ ਪਵਿੱਤਰ ਸੀਟਾਂ ਨੇ ਬਸਪਾ ਨੂੰ ਦਿੱਤੀਆਂ ਤੇ ਕੋਈ ਇਹ ਕਹਿ ਰਿਹਾ ਵੀ ਇਹ ਜਿਹੜਾ ਅਨੈਤਿਕ ਹੈਗਾ ਵਾ ਗੱਠਜੋੜ। ਕੋਈ ਇੱਥੋਂ ਤੱਕ ਵੀ ਕਹਿ ਦਿੱਤਾ ਵੀ ਇਹ ਗੱਠਜੋੜ ਜਿਹੜਾ ਆ ਭਾਜਪਾ ਦੀ ਸਰਕਾਰ ਨੇ ਮੋਦੀ ਸਰਕਾਰ ਨੇ ਜਿਹੜਾ ਕੀਤਾ ਆ ਉਹਨਾਂ ਨੇ ਕਰਵਾਇਆ। ਲੇਕਿਨ ਮੈਂ ਉਹਨਾਂ ਨੂੰ ਇਹ ਦੱਸ ਦੇਣਾ ਚਾਹੁੰਦਾ ਵਾਂ ਵੀ ਜਿਹੜੀ ਬਸਪਾ ਤੇ ਅਕਾਲੀ ਦਲ ਦਾ ਗੱਠਜੋੜ ਹੋਇਆ ਇਹ ਇੱਕ ਸਿਧਾਂਤਿਕ ਗੱਠਜੋੜ ਆ। ਇਹ ਗੱਠਜੋੜ ਜ਼ਮੀਨ ਪੱਧਰ ਦੇ ਵਿੱਚ ਜਿੱਥੇ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ ਇਹ ਗੱਠਜੋੜ ਜ਼ਿਮੀਦਾਰ ਅਤੇ ਮਜ਼ਦੂਰ ਦਾ ਆ, ਕਿਸਾਨ ਅਤੇ ਮਜ਼ਦੂਰ ਦਾ ਗੱਠਜੋੜ ਆ। ਔਰ ਇਹ ਗੱਠਜੋੜ ਜਿਹੜਾ ਆ ਵਿਚਾਰਧਾਰਕ ਗੱਠਜੋੜ ਹੈ ਕਿਉਂਕਿ ਅਸੀਂ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਧਾਰਨੀ ਹਾਂ, ਉਹਨਾਂ ਨੂੰ ਆਪਣਾ ਇਸ਼ਟ ਮੰਨਦੇ ਹਾਂ ਅਤੇ ਸਾਡਾ ਜੇ ਸਿੱਖੀ ਦੇ ਵਿੱਚ ਆਪਣਾ ਇਤਿਹਾਸ ਦੇਖੀਏ ਤੇ ਮੂਲ ਨਿਵਾਸੀ ਬਹੁਜਨ ਸਮਾਜ ਦੇ ਲੋਕਾਂ ਨੇ ਅਥਾਹ ਜਿਹੜੀਆਂ ਕੁਰਬਾਨੀਆਂ ਆ ਉਹ ਸਿੱਖ ਧਰਮ ਦੇ ਲਈ ਦਿੱਤੀਆਂ। ਜਿਸ ਚਮਕੌਰ ਸਾਹਿਬ ਦੀ ਧਰਤੀ ਦੀ ਗੱਲ ਕੀਤੀ ਆ ਉੱਥੇ ਦੇ ਇਤਿਹਾਸ ਦੇ ਬਾਰੇ ਆਪਾਂ ਸਾਰੇ ਜਾਣਦੇ ਹਾਂ ਵੀ ਕਿਸ ਤਰ੍ਹਾਂ ਉੱਥੋਂ ਦੇ ਲੋਕਾਂ ਨੇ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਲਈ ਉੱਥੇ ਕੁਰਬਾਨੀਆਂ ਕੀਤੀਆਂ ਤਾਂ ਉਸੇ ਧਰਤੀ ਦੇ ਉੱਤੇ ਦਸਮ ਪਿਤਾ ਨੇ ਜਿਹੜਾ ਹੈ ਉਹ ਕਲਗੀ ਤੋੜਾ ਜਿਹੜਾ ਆ ਉਹ ਸਾਡੇ ਪੂਰਵਜ਼ਾਂ ਨੂੰ ਜਿਹੜਾ ਆ ਉਹ ਦਿੱਤਾ ਅਤੇ ਸਾਨੂੰ ਜਿਹੜਾ ਸਿੱਖੀ ਦੇ ਵਾਰਸ ਐਲਾਨਿਆ। ਅਤੇ ਅੱਜ ਅਸੀਂ ਇਹੋ ਜਿਹੜੇ ਘਟੀਆ ਮਾਨਸਿਕਤਾ ਦੇ ਲੋਕ ਹੈ ਬਿੱਟੂ ਵਰਗੇ ਜਿਹੜੇ ਸਿੱਖੀ ਇਤਿਹਾਸ ਨੂੰ ਨਹੀਂ ਜਾਣਦੇ, ਜਿਨ੍ਹਾਂ ਨੇ ਸਿੱਖੀ ਦਾ ਘਾਣ ਕੀਤਾ, ਹਰਿਮੰਦਰ ਸਾਹਿਬ ਦੇ ਉੱਤੇ ਨੀਲਾ ਸਾਕਾ ਜਿਹੜਾ ਵਰਤਾਇਆ ਔਰ ਉਸ ਤੋਂ ਬਾਅਦ ਜੋ ਪੰਜਾਬ ਨੇ ਸੰਤਾਪ ਝੇਲਿਆ, ਸਿੱਖਾਂ ਦੇ ਨੌਜਵਾਨ ਇੱਕ ਇੱਕ ਨੌਜਵਾਨ ਨੂੰ ਜਿਹੜਾ ਆ ਜਿਹੜੇ ਇਸ ਦੇਸ਼ ਦਾ ਉਜਵਲ ਭਵਿੱਖ ਸੀਗੇ, ਇਸ ਸੂਬੇ ਦਾ ਉਜਵਲ ਭਵਿੱਖ ਸੀਗੇ, ਉਹਨਾਂ ਨੂੰ ਚੁਣ ਚੁਣ ਕੇ ਮਾਰਨ ਦਾ ਕੰਮ ਇਸ ਕਾਂਗਰਸ ਨੇ ਕੀਤਾ। ਅਤੇ ਇਤਿਹਾਸ ਗਵਾਹ ਹੈ ਵੀ ਅੱਜ ਤੱਕ ਇਸ ਐਡੀ ਵੱਡੀ ਘਟਨਾ ਦੇ ਉੱਤੇ ਕਾਂਗਰਸ ਨੇ ਕਦੇ ਵੀ ਜਿਹੜਾ ਆ ਉਹ ਦੁੱਖ ਪ੍ਰਗਟ ਨਹੀਂ ਕੀਤਾ, ਕਦੇ ਵੀ ਅਫਸੋਸ ਪ੍ਰਗਟ ਨਹੀਂ ਕੀਤਾ। ਅਤੇ ਮੈਂ ਉਹਨੂੰ ਦੱਸ ਦੇਣਾ ਚਾਹੁੰਦਾ ਕਿ ਇਹ ਜਿਹੜਾ ਗੱਠਜੋੜ ਆ ਇਹ 2022 ਦੇ ਵਿੱਚ ਜਿਹੜਾ ਆ ਕਾਂਗਰਸ ਦਾ ਜਿਹੜਾ ਆ ਉਹ ਸੂਫੜਾ ਸਾਫ਼ ਕਰੇਗਾ, ਕਿਉਂਕਿ ਇਤਿਹਾਸ ਸਾਰੇ ਜਾਣਦੇ ਆ ਕਿ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਨੇ ਔਰ ਸਾਡੀ ਬਹੁਜਨ ਸਮਾਜ ਪਾਰਟੀ ਨੇ ਕਦੇ ਵੀ ਜਿਹੜਾ ਆ ਉਹ ਚੋਣ ਮੈਨੀਫੈਸਟੋ ਜਿਹੜਾ ਐਲਾਨ ਨਹੀਂ ਕੀਤਾ। ਔਰ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਦੀ ਇਹ ਸਟੇਟਮੈਂਟ ਹੈ ਵੀ ਸਾਡਾ ਜਿਹੜਾ ਚੋਣ ਮੈਨੀਫੈਸਟੋ ਹੈ ਉਹ ਗੁਰੂ ਗ੍ਰੰਥ ਸਾਹਿਬ ਆ, ਅਸੀਂ ਉਸ ਸੋਚ ਦਾ ਜਿਹੜਾ ਰਾਜ ਆ ਇਸ ਦੇਸ਼ 'ਚ ਜਿਹੜਾ ਉਹ ਸਥਾਪਿਤ ਕਰਨਾ ਚਾਹੁੰਦੇ ਹਾਂ। ਅਤੇ ਇਹ ਜਿਹੜਾ ਗੱਠਜੋੜ ਆ ਦੂਜੀ ਸਾਈਡ ਅਕਾਲੀ ਦਲ ਵੀ ਇੱਕ ਪੰਥਕ ਪਾਰਟੀ ਹੈ, ਇਹ ਜਿਹੜਾ ਗੱਠਜੋੜ ਆ ਜ਼ਮੀਨੀ ਪੱਧਰ ਦੇ ਉੱਤੇ ਇੰਨਾ ਮਜ਼ਬੂਤ ਗੱਠਜੋੜ ਆ ਇਹ ਜਿਹੜਾ ਆ 2022 ਦੇ ਵਿੱਚ ਇਤਿਹਾਸ ਸਿਰਜੇਗਾ। ਔਰ ਕਿਸਾਨਾਂ ਅਤੇ ਮਜ਼ਦੂਰਾਂ ਦੀ ਜਿਹੜੀ ਸਰਕਾਰ ਹੈ ਉਹ ਗਰੀਬ ਲੋਕਾਂ ਦੀ ਜਿਹੜੀ ਸਰਕਾਰ ਆ ਉਹਨਾਂ ਦੀ ਸਰਕਾਰ ਬਣੇਗੀ ਔਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਜਿਹੜੀ ਮਨੁਵਾਦੀ ਧਿਰਾਂ ਉਹਨਾਂ ਦਾ ਸੂਫੜਾ ਸਾਫ਼ ਜਿਹੜਾ ਆ ਉਹ ਕੀਤਾ ਜਾਏਗਾ ਜੀ।